ਸੋ ਮੈਡਮ ਵੀ ਜਿਹੜਾ ਹੈ ਪ੍ਰੋਬਲਮ ਦੇਖ ਕੇ, ਜਿਵੇਂ ਮੈਡਮ ਵੱਲੋਂ ਕਿਹਾ ਵੀ ਜਾ ਰਿਹਾ ਕਿ ਅਸੀਂ ਪ੍ਰੋਬਲਮ ਦੇਖ ਕੇ ਜਦ ਪ੍ਰੋਬਲਮ ਦੱਸੀ ਜਾਂਦੀ ਹੈ ਤਾਂ ਅਸੀਂ ਪ੍ਰੋਬਲਮ ਦਾ ਹੱਲ ਵੀ ਕਰਾਉਂਦੇ ਹਾਂ। ਸੋ ਮੈਡਮ ਅੱਜ ਤੁਹਾਡਾ ਧਿਆਨ ਲਿਆ ਰਹੇ ਹਾਂ ਅਨਾਜ ਮੰਡੀ ਦੇ ਪਿੱਛੇ ਜਿਹੜੀ ਅਫਸਰ ਕਲੋਨੀ ਹੈ, ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਿਹਾ, ਇਹ ਵੀ ਤੁਹਾਡੇ ਧਿਆਨ ਦੇ ਵਿੱਚ ਲਾ ਰਹੇ ਹਾਂ ਕਿ ਜਲਦ ਤੋਂ ਜਲਦ ਉਰੇ ਵੀ ਵਧੀਆ ਇੱਕ ਪ੍ਰੋਗਰਾਮ ਕਰਕੇ ਉਰੇ ਵੀ ਉਦਘਾਟਨ ਕੀਤਾ ਜਾਵੇ, ਲੋਕਾਂ ਨੂੰ ਬੁਲਾਇਆ ਜਾਵੇ, ਸਨਮਾਨ ਤੁਹਾਡਾ ਵੀ ਹੋਏਗਾ, ਲੋਕ ਕਰਨਗੇ, ਬਿਲਕੁਲ ਕਰਨਗੇ ਲੋਕ ਸਨਮਾਨ। ਹਾਂਜੀ, ਕਰੋਗੇ ਸਨਮਾਨ ਮੈਡਮ ਦਾ? ਬਿਲਕੁਲ ਮੈਡਮ ਦਾ ਸਨਮਾਨ ਹੋਏਗਾ, ਕੁਰਸੀਆਂ ਲੱਗਣਗੀਆਂ, ਟੈਂਟ ਲੱਗਣਗੇ, ਹਾਰ ਵੀ ਆਉਣਗੇ, ਮਿਠਾਈਆਂ ਵੀ ਖਵਾਈ ਜਾਣਗੀਆਂ। ਬੰਦਾ ਬਾਹਰ ਨੀ ਨਿਕਲ ਸਕਦਾ, ਨਾ ਕੋਈ ਐਕਟਿਵਾ, ਨਾ ਕੋਈ ਕਿਤੇ ਆ, ਜਿਸ 6 ਵਜਦੇ ਨੇ ਇੱਥੇ, ਇਹਨੇ ਨਸ਼ੇ ਪੱਤੇ ਹੋ ਰਹੇ, ਨਾ ਪੁਲਿਸ ਵਾਲਿਆਂ ਕੋਲ ਜਾਓ, ਉਹ ਕਹਿੰਦੇ ਅਸੀਂ ਕੀ ਕਰੀਏ, ਸ਼ਰੇ ਆਮ ਇੱਥੇ ਟੀਕੇ ਲੱਗ ਰਹੇ ਨੇ, ਬਿਲਕੁਲ ਗਲੀਆਂ ਦੇ ਵਿੱਚ ਹੀ 6 ਵਜਦੇ ਨੇ, ਹਰ ਇੱਕ ਲੇਡੀਜ਼ ਮੋਬਾਈਲ ਖੋ ਰਹੇ ਨੇ ਮੁੰਡੇ, ਟੁੱਟਾ ਖੋਵਾਂ ਹੋ ਰਹੀਆਂ ਨੇ। MLA ਕੋਲ ਅਸੀਂ ਇੱਕ ਦੋ ਵਾਰੀ MLA ਕਹਿੰਦੇ ਅਸੀਂ ਕੀ ਕਰੀਏ ਜੀ, ਅਸੀਂ ਕੀ ਕਰ ਸਕਦੇ, ਮੁਲਾਜ਼ਮ ਕਹਿੰਦੇ ਅਸੀਂ ਕੀ ਕਰੀਏ। ਫਿਰ ਆਏ ਨੇ, ਮੈਂ ਕਮੇਟੀ ਮੈਂ ਗਿਆ ਸੀ ਸ਼ਿਕਾਇਤ ਕਰਨੇ, ਆਏ ਨੇ, ਫਿਰ ਮੈਂ ਆਪਣਾ ਪੱਲੇ ਸਾ ਪੈਸਾ ਲਗਵਾ ਕੇ ਕਰਾਇਆ। ਪਾਣੀ ਇਤਨਾ ਗੰਦ ਦੇ ਰਹੇ, ਬਦਬੂ ਦੇ ਰਹੇ, ਜਾ ਕੇ ਦੇਖੋ ਸਮਰਸੀ ਬੋਲ, ਬਿਮਾਰੀ ਹੋ ਗਿਆ ਸਾਰੇ ਘਰ ਹਮਰੋ ਕਾ PGM ਥਾ, ਆਈ ਆ ਰਿਪੋਰਟ ਮੈਂ ਦੇ ਰਹੇ। ਇੰਨਾ ਬੁਰਾ ਹਾਲ ਹੈ ਨਾ ਵੀ ਸਾਨੂੰ ਘੱਟੋ ਘੱਟ, ਮੈਨੂੰ ਵੀ ਇੱਥੇ ਰਹਿੰਦੇ 22 ਸਾਲ ਹੋ ਗਏ ਨੇ ਇਸ ਕਲੋਨੀ 'ਚ, 22 ਸਾਲਾਂ ਦੇ ਵਿੱਚ ਮੈਂ ਕਦੀ ਇੱਥੇ ਇਹ ਨਹੀਂ ਦੇਖਿਆ ਕਿ ਕੋਈ ਇੱਥੇ ਕੰਮ ਹੋਇਆ ਹੋਵੇ ਜਾਂ ਕੋਈ ਸਾਫ਼ ਸਫਾਈ ਵਾਲਾ ਆਇਆ ਹੋਵੇ। ਜੇ ਸਾਡੇ ਇੱਥੇ 10 ਮਿੰਟ, ਸਿਰਫ 10 ਮਿੰਟ ਮੀਂਹ ਪੈ ਜਾਵੇ ਨਾ, ਤਾਂ ਸਾਨੂੰ 15 ਦਿਨ ਵਾਸਤੇ ਕਲੋਨੀ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ। ਮੈਡਮ ਲਗਾਤਾਰ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ, ਕੱਲ੍ਹ ਵੀ ਪ੍ਰੋਗਰਾਮ ਦੇ ਵਿੱਚ ਕੀਤਾ ਕਿ ਜਿਹੜੇ ਬੰਦੇ ਮੈਡਮ ਦੇ ਧਿਆਨ ਦੇ ਵਿੱਚ ਇਹੋ ਜਿਹੀ ਚੀਜ਼ਾਂ ਲਿਆਉਂਦੇ, ਜੇ ਮੈਡਮ ਦੇ ਧਿਆਨ ਦੇ ਵਿੱਚ ਇਹ ਚੀਜ਼ ਆਉਂਦੀ ਹੈ, ਜੇ ਮੈਡਮ ਕੱਲ੍ਹ ਨੂੰ ਉਰੇ ਆਉਂਦੇ ਹੈ, ਉਰੇ ਕੰਮ ਸਟਾਰਟ ਕਰਾਉਂਦੇ ਆ, ਮੈਡਮ ਦਾ ਧੰਨਵਾਦ ਕਰੋਗੇ? ਜ਼ਰੂਰ ਜ਼ਰੂਰ ਜੀ, ਹਾਂਜੀ ਹਾਂਜੀ ਹਾਂਜੀ, ਸੇਜ ਮਰਤੇ ਜ਼ਰੂਰ ਕਰਾਂਗੇ ਜੀ, ਧੰਨਵਾਦ ਕਰਾਂਗੇ, ਆਉਂਦਾ ਸਹੀ ਨਾ, ਸਭ ਕੁਝ ਕਰਾਂਗੇ, ਹਾਰ ਲਿਆਵਾਂਗੇ, ਟੈਂਟ ਲਵਾਵਾਂਗੇ, ਕੀ ਪ੍ਰੋਗਰਾਮ ਕਰੋਗੇ ਜੀ ਮੈਡਮ? ਉਹ ਚਾਹ ਪਾਣੀ ਵਗੈਰਾ ਤੇ ਕਾਫੀ ਕਰਾਂਗੇ, ਅਸੀਂ ਕਾਫੀ ਬਲਾਨ ਵੀ ਤਿਆਰ ਹੈਗੇ, ਬਸ ਹਾਂ ਸਮੱਸਿਆ ਸਾਡੇ ਦੂਰ ਹੋਣੀ ਚਾਹੀਦੀ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਬਹੁਤ ਜੀ, ਜਿਹੜੇ ਹੋਰ ਰਹਿ ਰਹੇ, ਕੋਈ ਇਨਸਾਨ ਨਹੀਂ ਹੈਗਾ, ਜਾਨਵਰ ਹੈਗਾ, ਉਹ ਜਿਹੜੇ ਰਹਿ ਰਹੇ ਉਹ ਜਾਨਵਰ ਦੱਸੋ, ਅਤੇ ਤੁਸੀਂ ਕੋਈ ਹੋਰ ਜਾਨਵਰਾਂ ਦਾ ਚੁੱਪ ਕਰਕੇ ਬੈਠ ਜਾਓ, ਜਿਹੜੇ ਬਣਾਉਂਦੇ ਨੇ ਕੋਈ ਨਾ ਬਣਾਉਂਦੇ, ਸਾਰੇ ਚੁੱਪ ਰਹਿੰਦੇ, ਵੋਟਾਂ ਦਿਆਂਗੇ ਤਾਂ ਹੀ ਦਿਆਂਗੇ ਨਾ, ਵੋਟਾਂ ਤਾਂ ਬਹੁਤ ਹੀ ਤਾਂ ਹੀ ਦਿਆਂਗੇ, ਕੰਮ ਹੋਏਗਾ, ਕੰਮ ਤਾਂ ਸਾਡਾ ਰੁਕਿਆ ਪਿਆ, ਅਸੀਂ ਤਾਂ ਵੋਟਾਂ ਕਿਵੇਂ ਦਿਆਂਗੇ, ਵੋਟਾਂ ਦਿਆਂਗੇ ਨਹੀਂ ਅਸੀਂ ਫਿਰ।
ਮੈਡਮ ਜੀ ਨੇ ਆਏ ਨੇ ਹੁਣ ਸਾਨੂੰ ਦੇਖੋ ਇੱਕ ਸੜਕ ਬਣ ਰਹੀ ਹੈ ਪਰ ਬਾਕੀ ਜਿਹੜੀ ਸੜਕਾਂ ਉਹ ਪਾਗਲ ਥੋੜੀ ਨੇ ਜਾਂ ਤਾਂ ਇੱਕ ਸੜਕ ਵੱਟ ਕੇ ਵੋਟਾਂ ਲੈ ਲਓ ਇੱਕ ਬਾਈ ਸੜਕ ਛੋੜ ਦਿਓ ਫਿਰ ਜੀ ਇੰਨੀ ਪ੍ਰੋਬਲਮ ਹੈ ਹਾਂ ਵੀਰ ਜੀ ਮੈਂ ਕਹਿਣਾ ਗੱਡੀ ਸਾਡੀ 2 ਵਜੇ ਜਾਂਦੀ ਹੈ ਸਾਡੀ ਰਾਤ ਨੂੰ ਹਾਲੇ ਲਾਈਟਾਂ ਨਹੀਂ ਆਉਂਦੀ ਉਰੇ ਰਾਤ ਨੂੰ ਇਹ ਗਲੀ ਪੂਰੀ ਨਾ ਜਿੱਦਾਂ ਰਾਤ ਨੂੰ ਉਹ ਲੇਡੀ ਚਲੀ ਜਾਵਾਂ ਗਲੀ ਚੋਈ ਜੋ ਬੜੀ ਮੁਸ਼ਕਿਲ ਹੈ ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅਸੀਂ ਅੱਜ ਫੇਰ ਖੜੇ ਹਾਂ ਵਾਰਡ ਨੰਬਰ 15 ਦੇ ਵਿੱਚ ਵਾਰਡ ਨੰਬਰ 15 ਦੇ ਦੂਜੇ ਹਿੱਸੇ ਦੇ ਵਿੱਚ ਅਸੀਂ ਮੌਜੂਦ ਸੀਗੇ ਅਤੇ ਅੱਜ ਅਸੀਂ ਇਹ ਅਨਾਜ ਮੰਡੀ ਦੀ ਬੈਕ ਸਾਈਡ 'ਤੇ ਜਿਹੜਾ ਵਾਰਡ ਨੰਬਰ 15 ਪੈਂਦਾ ਆਫਿਸਰ ਕਲੋਨੀ ਜਿਹਨੂੰ ਕਿਹਾ ਜਾਂਦਾ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਕਲੋਨੀ ਦੀ ਕਿੰਨੀ ਮਾੜੀ ਹਾਲਤ ਹੈ ਸੜਕਾਂ ਦਾ ਕੋਈ ਵੀ ਜਿਹੜਾ ਹੈ ਵਿਕਾਸ ਨਹੀਂ ਹੋਇਆ ਅੱਜ ਤੱਕ ਸੀਵਰੇਜ ਪਾ ਕੇ ਛੱਡ ਦਿੱਤਾ ਗਿਆ ਜਦ ਉਰੇ ਕੁਛ ਵੀ ਪਾਣੀ ਜਾਂ ਬਾਰਿਸ਼ ਦਾ ਪਾਣੀ ਆ ਜਾਂਦਾ ਤਾਂ ਲੋਕਾਂ ਦਾ ਜੀਣਾ ਹਰਾਮ ਹੋ ਜਾਂਦਾ ਅਤੇ ਹੋਰ ਵੀ ਬੁਨਿਆਦੀ ਸੁਵਿਧਾ ਤੋਂ ਜਿਹੜਾ ਹੈ ਇਹ ਜਿਹੜਾ ਜਿਹਨੂੰ ਵਾਰਡ ਕਿਹਾ ਜਾਂਦਾ ਹੈ ਜਾਂ ਇਹ ਜੋ ਇਲਾਕਾ ਹੈਗਾ ਇਹ ਬੜੀ ਦੂਰ ਹੈ ਸੋ ਲਗਾਤਾਰ ਅਸੀਂ ਵੀਡੀਓਜ਼ ਦਿਖਾ ਰਹੇ ਹਾਂ ਜਿਹੜੇ ਜਿਹੜੇ ਵਾਰਡ ਦੇ ਵਿੱਚ ਪ੍ਰੋਬਲਮ ਹੈਗੀਆਂ ਲੋਕ ਸਾਨੂੰ ਸੰਪਰਕ ਕਰ ਰਹੇ ਸੀ ਧੰਨਵਾਦ ਕਰਦੇ ਉਹਨਾਂ ਦਾ ਜੋ ਸਾਡੇ 'ਤੇ ਵਿਸ਼ਵਾਸ ਕਰਦੇ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਦੀ ਹੈ ਪਹੁੰਚਦੀ ਵੀ ਜ਼ਰੂਰ ਹੈ ਉਦਘਾਟਨ ਵੀ ਹੋ ਰਹੇ ਹੈ ਲਗਾਤਾਰ ਵਿਕਾਸ ਦੇ ਕੰਮ ਵੀ ਚੱਲ ਰਹੇ ਹੈ ਸ਼ਹਿਰ ਦੇ ਵਿੱਚ ਮੈਡਮ ਲਗਾਤਾਰ ਵਿਕਾਸ ਦੇ ਕੰਮ ਵੀ ਕਰਵਾ ਰਹੇ ਹਾਂ ਅਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਲੇਕਿਨ ਅਸੀਂ ਉਨ ਖਬਰਾਂ ਤੋਂ ਪਰਹੇਜ਼ ਕਰਦੇ ਹਾਂ ਜਿਹੜੇ ਉਦਘਾਟਨ ਵਾਲੀ ਖਬਰਾਂ ਹੈਗੀਆਂ ਕਿ ਉਹ ਦਿਖਾਇਆ ਜਾਏ ਪਹਿਲਾਂ ਜਿੱਥੇ ਪ੍ਰੋਬਲਮ ਹੈ ਸੋ ਮੈਡਮ ਵੀ ਜਿਹੜਾ ਹੈ ਪ੍ਰੋਬਲਮ ਦੇਖ ਕੇ ਜਿਵੇਂ ਮੈਡਮ ਵੱਲੋਂ ਕਿਹਾ ਵੀ ਜਾ ਰਿਹਾ ਕਿ ਅਸੀਂ ਪ੍ਰੋਬਲਮ ਦੇਖ ਕੇ ਜਦ ਪ੍ਰੋਬਲਮ ਦੱਸੀ ਜਾਂਦੀ ਹੈ ਤਾਂ ਅਸੀਂ ਪ੍ਰੋਬਲਮ ਦਾ ਹੱਲ ਵੀ ਕਰਾਉਂਦੇ ਹਾਂ ਸੋ ਮੈਡਮ ਅੱਜ ਤੁਹਾਡਾ ਧਿਆਨ ਲਿਆ ਰਹੇ ਹਾਂ ਅਨਾਜ ਮੰਡੀ ਦੇ ਪਿੱਛੇ ਜਿਹੜੀ ਅਫਸਰ ਕਲੋਨੀ ਹੈ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਇਹ ਵੀ ਤੁਹਾਡੇ ਧਿਆਨ ਦੇ ਵਿੱਚ ਲਾ ਰਹੇ ਹਾਂ ਕਿ ਜਲਦ ਤੋਂ ਜਲਦ ਉਰੇ ਵੀ ਵਧੀਆ ਇੱਕ ਪ੍ਰੋਗਰਾਮ ਕਰਕੇ ਉਰੇ ਵੀ ਉਦਘਾਟਨ ਕੀਤਾ ਜਾਵੇ ਲੋਕਾਂ ਨੂੰ ਬੁਲਾਇਆ ਜਾਵੇ ਸਨਮਾਨ ਤੁਹਾਡਾ ਵੀ ਹੋਏਗਾ ਲੋਕ ਕਰਨਗੇ ਬਿਲਕੁਲ ਕਰਨਗੇ ਲੋਕ ਸਨਮਾਨ ਹਾਂਜੀ ਕਰੋਗੇ ਸਨਮਾਨ ਮੈਡਮ ਦਾ ਬਿਲਕੁਲ ਮੈਡਮ ਦਾ ਸਨਮਾਨ ਹੋਏਗਾ ਕੁਰਸੀਆਂ ਲੱਗਣਗੀਆਂ ਟੈਂਟ ਲੱਗਣਗੇ ਹਾਰ ਵੀ ਆਉਣਗੇ ਮਿਠਾਈਆਂ ਵੀ ਖਵਾਈ ਜਾਣਗੀਆਂ ਸੋ ਪਹਿਲਾਂ ਪ੍ਰੋਬਲਮ ਸੋ ਆਪਾਂ ਪ੍ਰੋਬਲਮ ਪਹਿਲਾਂ ਗੱਲ ਜਿਹੜੀ ਹੈ ਆਪਾਂ ਕਰਦੇ ਹਾਂ ਕੀ ਕਹਿਣਾ ਚਾਹੋ ਅਸੀਂ ਵੀਰ ਜੀ ਇੰਨੇ ਪਰੇਸ਼ਾਨ ਹਾਂ ਜਦੀ ਸੜਕਾਂ ਦਾ ਨਾ ਆਪ ਜਦੋਂ ਮੀਂਹ ਬਰਸਾਤ ਹੁੰਦਾ ਇੰਨੇ ਲੋਕੀ ਗਿਰਦੇ ਆ ਨਾ ਕੋਈ ਮਤਲਬ ਇੱਥੇ ਕੋਈ ਦੇਖਣ ਨਹੀਂ ਆਉਂਦਾ 15-16 ਨੰਬਰ ਦੀ ਦੇਖੋ ਸੜਕਾਂ ਵਗੈਰਾ ਬਣ ਰਹੀਆਂ ਨੇ ਪਰਲੀ ਸੜਕ ਬਣ ਕੀ ਕਰਾਂ ਤੇ ਬੰਦੇ ਬਿਲਕੁਲ ਨਹੀਂ ਵਸਦੇ ਪਏ ਵੋਟਾਂ ਲੈਣ ਵਾਸਤੇ ਹੱਥ ਜੋੜ ਕੇ ਤੇ ਵੋਟ ਲੈਣ ਆ ਜਾਂਦੇ ਨੇ ਸਾਨੂੰ ਹੱਥ ਜੋੜ ਕੇ ਇਹ ਬਿੰਦੀ ਵੀ ਸਾਡੀ ਵੀ ਸੜਕ ਬਣਨੀ ਚਾਹੀਦੀ ਹੈ ਬਸ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਬਰਸਾਤ ਕੀ ਬੰਦਾ ਬਾਹਰ ਨਹੀਂ ਨਿਕਲ ਸਕਦਾ ਨਾ ਕੋਈ ਐਕਟਿਵਾ ਨਾ ਕੋਈ ਕਿਤੇ ਆ ਜਸ 6 ਵਜਦੇ ਨੇ ਇੱਥੇ ਇਹਨੇ ਨਸ਼ੇ ਪੱਤੇ ਹੋ ਰਹੇ ਨਾ ਪੁਲਿਸ ਵਾਲੇ ਕੋਲ ਜਾਓ ਉਹ ਕਹਿੰਦੇ ਅਸੀਂ ਕੀ ਕਰੀਏ ਸ਼ਰੇ ਆਮ ਇੱਥੇ ਟੀਕੇ ਲੱਗ ਰਹੇ ਨੇ ਬਿਲਕੁਲ ਗਲੀਆਂ ਦੇ ਵਿੱਚ ਹੀ 6 ਵਜਦੇ ਨੇ ਹਰ ਇੱਕ ਲੇਡੀਜ਼ ਮੋਬਾਈਲ ਖੋ ਰਹੇ ਨੇ ਮੁੰਡੇ ਲੁੱਟਾਂ ਖੋਵਾਂ ਹੋ ਰਹੀਆਂ ਨੇ MLA ਕੋਲ ਅਸੀਂ ਕਦੋਂ ਵਾਰੀ MLA ਕਹਿੰਦੇ ਅਸੀਂ ਕੀ ਕਰੀਏ ਜੀ ਅਸੀਂ ਕੀ ਕਰ ਸਕਦੇ ਮੁਲਾਜ਼ਮ ਕੋਲ ਮੁਲਾਜ਼ਮ ਕਹਿੰਦੇ ਅਸੀਂ ਕੀ ਕਰੀਏ ਇਹ MLA ਸਾਹਿਬ ਇੱਕ ਦੋ ਵਾਰੀ ਅਸੀਂ ਗਏ ਸੀ ਪਹਿਲਾਂ ਮੈਂ ਕਿਹਾ ਸਾਡੇ ਬੱਚੇ ਐਵੇਂ ਟੀਕੇ ਲਾ ਰਹੇ ਨੇ ਦੋਸਤ ਇਹਨਾਂ ਨੂੰ ਯਾਤਰਾ ਨੂੰ ਉਹਨੂੰ ਫੜਵਾ ਦਿਓ ਜਾਂ ਇਹਨਾਂ ਦਾ ਕੋਈ ਨਸ਼ਾ ਕੇਂਦਰ ਵਗੈਰਾ ਕੁਛ ਕਰ ਕਹਿੰਦੇ ਅਸੀਂ ਕੀ ਕਰੀਏ ਬਸ ਆਹ ਗੱਲ ਕਰਕੇ ਉੱਥੇ ਕਾਟਾ ਮਾਰ ਦਿੰਦੇ ਨੇ ਪ੍ਰੋਬਲਮ ਮੈਨੂੰ ਦਿਖ ਰਹੀ ਹੈ ਔਰ ਸਫਾਈ ਦੀ ਵੀ ਕੋਈ ਪ੍ਰਬੰਧ ਨਹੀਂ ਹੈ ਬਿਲਕੁਲ ਵੀ ਇਹਦੇ ਲੱਗਦਾ ਜਿਵੇਂ ਨਾ ਇੱਥੇ ਕੋਈ ਬੰਦੇ ਦੇ ਕੋਈ ਵਸ਼ੂ ਹੈ ਹੀ ਨਹੀਂ ਕੋਈ ਇੱਥੇ ਕਸੜੋ ਤੇ ਮਰ ਵੀ ਜਾਵੇ ਨਾ ਤਾਂ ਵੀ ਇੱਥੇ ਕੋਈ ਨਹੀਂ ਦੇਖਣ ਆਏਗਾ ਬਸ ਪਾਣੀ ਵਗੈਰਾ ਦਾ ਕੀ ਪਾਣੀ ਦਾ ਵੀ ਕੋਈ ਉਹ ਨਹੀਂ ਹੈ ਕਹਿੰਦੇ ਨੇ ਸੀਵਰੇਜ ਪਾ ਕੇ ਆਪਾਂ ਸੀਵਰੇਜ ਨਾਲ ਕੀ ਕਰਾਂਗੇ ਜਦੋਂ ਆਪਣੀ ਸੜਕਾਂ ਹੀ ਤਾਂ ਬੇੜਾ ਗਰਕ ਹੋਇਆ ਪਿਆ ਸਾਰੀਆਂ ਦਾ ਨਹੀਂ ਉਹ ਮੈਡਮ ਕਹਿੰਦੇ ਕਿ ਉਰੇ ਵਿਰਕ ਸਾਹਿਬ ਹੀ ਕਰਨੇ ਆ ਉਹਨਾਂ ਨਾਲ ਸੰਪਰਕ ਕਰੋ ਕੱਕੜ ਜੀ ਹੈਗੇ ਸਾਡੀ ਕੋਈ ਨਹੀਂ ਸੁਣਦਾ ਸਭ ਆਪਣੇ ਆਪਣੇ ਚ ਮਸਤ ਨੇ ਸਿਰਫ ਅਸੀਂ ਗਵਰਨਮੈਂਟ ਪਾਣੀ ਚਲਾ ਗਿਆ ਥਾ ਗੰਦ ਵਾਲਾ ਫਿਰ ਆਏ ਨੇ ਮੈਂ ਕਮੇਟੀ ਮੈਂ ਗਿਆ ਥਾ ਸ਼ਿਕਾਇਤ ਕਰਨੇ ਆਏ ਨੇ ਫਿਰ ਮੈਂ ਆਪਣਾ ਪੱਲੇ ਸਾ ਪੈਸਾ ਲਗਵਾ ਕੇ ਕਰਾਇਆ ਪਾਣੀ ਇਤਨਾ ਗੰਦ ਦੇ ਰਹੇ ਬਦਬੂ ਦੇ ਰਹੇ ਜਾ ਕੇ ਦੇਖੋ ਸਮਰਸੀ ਬੋਰ ਬਿਮਾਰੀ ਫੈਲ ਸਕਦੀ ਬਿਮਾਰੀ ਹੋ ਗਿਆ ਸਾਰੇ ਘਰ ਹਮਰੋ ਕਾ PGM ਥਾ ਆਇਆ ਰਿਪੋਰਟ ਮੈਂ ਦੇ ਰਿਹਾ ਇਹ ਇਧਰ ਕੋਈ ਸਫਾਈ ਕਰਮਚਾਰੀ ਕੋਈ ਸਫਾਈ ਨਹੀਂ ਆ ਰਹੇ ਮੈਂ ਬੋਲੇ ਗਿਆ ਕਿ ਕੋਈ ਹਮਰੋ ਕੀ ਇਲਾਜ ਨਹੀਂ ਹੈ ਮੈਂ ਜਬ ਸਿਵਰੇਜ ਕਰਵਾਇਆ ਤਾਂ ਸਿਵਰੇਜ ਕਾ ਕੀ ਇਲਾਜ ਥਾ ਕਮੇਟੀ ਸੇ ਬੰਦਾ ਆਣਾ ਚਾਹੀਦਾ ਮੈਂ ਚਾਰ ਨਾ ਗਿਆ ਕਮੇਟੀ ਤੀਨੂੰ ਕਮੇਟੀ
ਫਿਰ ਵੀ ਨਹੀਂ ਆਇਆ ਕੋਈ ਕਰਾਂ ਨੇ ਤਾਂ ਫਿਰ ਦੇਖੋ ਆਪ ਕਿਆ ਕਰਾਂ ਨੇ ਕਿਆ ਨਹੀਂ ਸੀਵਰੇਜ ਵੀ ਖੁਲਾਇਆ ਪਾਣੀ ਜਾ ਰਿਹਾ ਸਮਰਸੀ ਬੋਰ ਮੇ ਨੇ ਸੀਵਰੇਜ ਕਰਾ ਰਹੇ ਨੇ ਸੜਕ ਕਰਾ ਰਹੇ ਨੇ ਕੁਛ ਕਰ ਰਹੇ ਨੇ ਬੱਚਾ ਰਿਸ਼ਤਾ ਹੋ ਰਹੇ ਨੇ ਕੁਛ ਹੋ ਰਹੇ ਦੇਖੋ ਹਾਂ ਤੁਸੀਂ ਸੰਪਰਕ ਕੀਤਾ ਨਿਊਜ਼ 18 ਪੰਜਾਬ ਨਾਲ ਤੁਹਾਨੂੰ ਕੀ ਪਤਾ ਲੱਗਿਆ ਵੀ ਅਸੀਂ ਇਹ ਸਮੱਸਿਆਵਾਂ ਚੱਕ ਰਹੇ ਹਾਂ ਹਾਂਜੀ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਿਊਜ਼ 18 ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿਉਂਕਿ ਅਸੀਂ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਸੀ ਇੱਧਰ ਉੱਧਰ ਭੱਜ ਨੱਠ ਕਰ ਰਹੇ ਸੀ ਵੀ ਸਾਡੀ ਕਲੋਨੀ ਦਾ ਕੋਈ ਸੁਧਾਰ ਹੋਵੇ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਤਾਂ ਹਾਰ ਕੇ ਮੈਨੂੰ ਤੁਹਾਡੇ ਨਾਲ ਸੰਪਰਕ ਕਰਨਾ ਪਿਆ ਕਿ ਸ਼ਾਇਦ ਸਾਡੀ ਆਵਾਜ਼ ਤੁਸੀਂ ਮੈਡਮ ਤੱਕ ਪਹੁੰਚਾਉਂਗੇ ਦੂਜਾ ਜਿਹੜਾ ਇੱਕ ਤਾਂ ਮੈਡਮ ਨੇ ਮੈਂ ਕਈ ਵਾਰ ਵੀਡੀਓ ਦੇਖਦਾ ਉਹਨਾਂ ਦੀ ਜਿਹੜੀ ਉਹ ਆਉਂਦੀ ਹੈ ਵੀ ਉਹ ਕਹਿੰਦੇ ਕਿ ਸਾਡੇ ਫਲਾਣੇ ਬੰਦੇ ਨਾਲ ਕੱਕੜ ਸਾਹਿਬ ਨਾਲ ਮਿਲੋ ਜਾਂ ਵਿਲਕ ਸਾਹਿਬ ਮੈਂ ਤੁਹਾਡੇ ਤੋਂ ਹੀ ਸੁਣਿਆ ਵਿਲਕ ਸਾਹਿਬ ਸਾਨੂੰ ਤਾਂ ਪਹਿਲੀ ਗੱਲ ਇਹ ਪਤਾ ਹੀ ਨਹੀਂ ਕੌਣ ਵਿਲਕ ਸਾਹਿਬ ਹੈ ਠੀਕ ਹੈ ਜੀ ਦੂਜਾ ਭਾਅ ਜੀ ਇੱਥੇ ਨਾ ਇੰਨਾ ਬੁਰਾ ਹਾਲ ਹੈ ਨਾ ਵੀ ਸਾਨੂੰ ਘੱਟੋ ਘੱਟ ਮੈਨੂੰ ਵੀ ਇੱਥੇ ਰਹਿੰਦੇ 22 ਸਾਲ ਹੋ ਗਏ ਨੇ ਇਸ ਕਲੋਨੀ 'ਚ 22 ਸਾਲਾਂ ਦੇ ਵਿੱਚ ਮੈਂ ਕਦੀ ਇੱਥੇ ਇਹ ਨਹੀਂ ਦੇਖਿਆ ਕਿ ਕੋਈ ਇੱਥੇ ਕੰਮ ਹੋਇਆ ਹੋਵੇ ਜਾਂ ਕੋਈ ਸਾਫ਼ ਸਫਾਈ ਵਾਲਾ ਆਇਆ ਹੋਵੇ ਜੇ ਸਾਡੇ ਇੱਥੇ 10 ਮਿੰਟ ਸਿਰਫ 10 ਮਿੰਟ ਮੀਂਹ ਪੈ ਜਾਵੇ ਨਾ ਤਾਂ ਸਾਨੂੰ 15 ਦਿਨ ਵਾਸਤੇ ਕਲੋਨੀ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਕਿਵੇਂ ਕਰੋਗੇ ਕੰਮ ਕਾਜ ਫਿਰ ਭਾਅ ਜੀ ਮੈਂ ਕਹਿੰਦਾ ਇੰਨਾ ਬੁਰਾ ਹਾਲ ਹੋ ਗਿਆ ਕਿ ਮੈਨੂੰ ਤੁਸੀਂ ਮੈਂ ਸਾਰਿਆਂ ਦਾ ਹੀ ਵੈਸੇ ਲੈ ਕੇ ਚੱਲਾਂਗਾ ਜੇ ਮੈਂ ਆਪਣੀ ਸੁਣਾਵਾਂ ਤਾਂ ਮੈਨੂੰ ਅੱਜ ਦੇ ਟਾਈਮ 'ਚ ਨਾ 1-1 ਕਿਲੋ ਚੀਨੀ ਜਿੰਨੇ ਅੱਜ ਮੈਂ ਕਮਾ ਕੇ ਲਿਆਇਆ ਨਾ ਸ਼ਾਮ ਨੂੰ ਮੈਨੂੰ ਕਮਾ ਕੇ ਫਿਰ ਆਪਣਾ ਸਮਾਨ ਲੈ ਕੇ ਆਉਣਾ ਪੈਂਦਾ ਇੰਨਾ ਮਾੜਾ ਹਾਲ ਹੋ ਗਿਆ ਕਿਉਂਕਿ ਕਈ ਦਿਨ ਕੰਮ 'ਤੇ ਨਹੀਂ ਜਾ ਬੰਦੇ ਗਏ ਕੰਡੀਸ਼ਨਾਂ ਖਰਾਬ ਹੋ ਗਈਆਂ ਸਾਡੀਆਂ ਅੱਛਾ ਮੈਡਮ ਲਗਾਤਾਰ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਕੱਲ੍ਹ ਵੀ ਪ੍ਰੋਗਰਾਮ ਦੇ ਵਿੱਚ ਕੀਤਾ ਕਿ ਜਿਹੜੇ ਬੰਦੇ ਮੈਡਮ ਦੇ ਧਿਆਨ ਦੇ ਵਿੱਚ ਇਹੋ ਜਿਹੀ ਚੀਜ਼ਾਂ ਲਿਆਉਂਦੇ ਜੇ ਮੈਡਮ ਦੇ ਧਿਆਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਜੇ ਮੈਡਮ ਕੱਲ੍ਹ ਨੂੰ ਉਰੇ ਆਉਂਦੇ ਹੈ ਉਰੇ ਕੰਮ ਸਟਾਰਟ ਕਰਾਉਂਦੇ ਆ ਮੈਡਮ ਦਾ ਧੰਨਵਾਦ ਕਰੋਗੇ ਜ਼ਰੂਰ ਜ਼ਰੂਰ ਜੀ ਹਾਂਜੀ 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 ਸੇਜ ਮੱਥੇ ਜ਼ਰੂਰ ਕਰਾਂਗੇ ਜੀ ਧੰਨਵਾਦ ਕਰਾਂਗੇ ਜੀ ਆਉਣ ਤਾਂ ਸਹੀ ਨਾ ਸਭ ਕੁਝ ਕਰਾਂਗੇ ਹਾਰ ਲਿਆਵਾਂਗੇ ਟੈਂਟ ਲਵਾਵਾਂਗੇ ਕੁਰਸੀ ਪ੍ਰੋਗਰਾਮ ਕਰੋਗੇ ਜੀ ਮੈਡਮ ਬਹੁਤ ਚਾਹ ਪਾਣੀ ਵੀ ਗੱਤ ਕਾਫੀ ਕਰਾਂਗੇ ਅਸੀਂ ਕਾਫੀ ਬਲਾਨ ਨੂੰ ਵੀ ਤਿਆਰ ਹੈਗੇ ਬਸ ਹਾਂ ਸਮੱਸਿਆ ਸਾਡੇ ਦੂਰ ਹੋਣੀ ਚਾਹੀਦੀ ਹੋਰ ਸਾਨੂੰ ਕੁਛ ਨਹੀਂ ਚਾਹੀਦਾ ਫੁੱਲ ਸੜਕ ਬਣ ਜਾਵੇ ਸੋ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਵਾਰਡ ਨੰਬਰ 15 ਦੇ ਇਹ ਲੋਕ ਹੈ ਜੋ ਆਫੀਸਰ ਕਲੋਨੀ 'ਚ ਰਹਿੰਦੇ ਇਹ ਕਹਿੰਦੇ ਕਿ ਜੇ ਮੈਡਮ ਉਰੇ ਆ ਕੇ ਉਦਘਾਟਨ ਕਰਦੇ ਹੈ ਸ਼ੁਰੂ ਕਰਾਉਂਦੇ ਕੰਮ ਤਾਂ ਅਸੀਂ ਵੀ ਉਹੀ ਪ੍ਰੋਗਰਾਮ ਕਰਾਂਗੇ ਜੋ ਪਿਛਲੇ ਵਾਰਡ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਜੀ ਕਿੰਨੀ ਕੁ ਪ੍ਰੋਬਲਮ ਹੈਗੀ ਸਰ ਮੇਰੇ ਹਸਬੈਂਡ ਕੀ 6-7 ਮਹੀਨੇ ਪਹਿਲੇ ਡੈਥ ਹੋ ਗਈ ਸੀ ਰਾਤ ਕੋ ਤੋ ਉਸ ਨੂੰ ਕਾ ਕੋਈ ਸਾਧਨ ਨਹੀਂ ਥਾ ਲੈ ਜਾਣੇ ਕੇ ਲਈ ਇਹ ਸਰ ਭਾਈ ਸਾਹਿਬ ਆਟੋ ਚਲਾਤੇ ਹਮਨੇ ਇਨਕੋ ਬੁਲਾਇਆ ਹਾਰਟ ਕੀ ਪ੍ਰੋਬਲਮ ਹੋ ਗਈ ਸੀ ਰਾਤ ਕੋ ਤੋ ਫਿਰ ਨਿਕਲਨੇ ਕੀ ਜਗ੍ਹਾ ਨਹੀਂ ਥੀ ਯਾ ਅਨਾਜ ਮੰਡੀ ਮੇਂ ਹੀ ਵੋ ਪੂਰੇ ਹੋ ਗਏ ਬਾਰਿਸ਼ ਥੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਸੜਕੋਂ ਕੀ ਵਜ੍ਹਾ ਸੇ ਆਪਕੇ ਜੋ ਹਸਬੈਂਡ ਹੈ ਵੋ ਉਸ ਦੁਨੀਆ ਕੋ ਛੋੜ ਕੇ ਚਲੇ ਗਏ ਸੋ ਕਿੰਨੀ ਮਾੜੀ ਹਾਲਤ ਹੈ ਕਿ ਇੱਕ ਵਿਅਕਤੀ ਦੀ ਜਾਨ ਚਲੀ ਜਾਵੇ ਇਹ ਬੁਨਿਆਦੀ ਸੁਵਿਧਾ ਕਰਕੇ ਸੋ ਤੁਸੀਂ ਸੁਣ ਰਹੇ ਹੋ ਇਹ ਅਸੀਂ ਨਹੀਂ ਇਹ ਲੋਕ ਬੋਲ ਰਹੇ ਹੈ ਵਾਰਡ ਨੰਬਰ 15 ਦੇ ਹਾਂਜੀ ਹਾਂਜੀ ਸਰ ਮੈਂ ਬਹੁਤ ਦੁੱਖ ਹੁੰਦਾ ਸੜਕੋਂ ਦੀ ਵਜ੍ਹਾ ਸੋ ਤੁਸੀਂ ਮੈਂ ਤੁਹਾਡਾ ਦੁੱਖ ਸਮਝ ਸਕਦਾ ਕਿ ਜੀ ਚਲਾ ਜਾਣਾ ਨਹੀਂ ਜਾਣੇ ਕਿ ਵੀ ਬਹੁਤ ਦਿੱਕਤ ਹੁੰਦੀ ਹੈ ਬਾਰਿਸ਼ ਹੁੰਦੀ ਹੈ ਗਿਰ ਜਾਂਦੇ ਕੀ ਕਹਿਣਾ ਚਾਹੋਗੇ ਮੈਡਮ ਮੈਡਮ ਬਹੁਤ ਸੁਣਵਾਈ ਕਰਤੇ ਹੈ ਕੀ ਕਹਿਣਾ ਚਾਹੋਗੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਸੜਕਾਂ ਠੀਕ ਕਰਵਾ ਦਿਓ ਠੀਕ ਹੈ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਲੋਕ ਖੜੇ ਆ ਬਜ਼ੁਰਗ ਖੜੇ ਆ ਆਪਾਂ ਇਹਨਾਂ ਨਾਲ ਗੱਲ ਕਰ ਲੈਂਦੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਤੇ ਮੈਨੂੰ 18 ਸਾਲ ਹੋ ਗਏ ਇੱਥੇ ਹੁੰਦੇ ਹਾਂਜੀ ਸੜਕ ਤਾਂ ਬਣਤੀ ਨਹੀਂ ਬਿਲਕੁਲ ਬਰਸਾਤ ਹੁੰਦੀ ਹੈ ਤਾਂ ਬਾਹਰ ਨਿਕਲਤਾ ਨਹੀਂ ਕੋਈ ਕੋਈ ਗਿਰ ਜਾਤਾ ਹੈ ਕੋਈ ਕਿਸੇ ਦੀ ਟਾਂਗ ਟੁੱਟ ਜਾਤੀ ਹੈ ਇਹੀ ਨੁਕਸਾਨ ਹੁੰਦਾ ਸਾਰਾ ਹਾਂਜੀ ਹਾਂਜੀ ਬਜ਼ੁਰਗ ਗਿਰ ਜਾਂਦੇ ਤਾਂ ਉੱਠ ਨਹੀਂ ਸਕਦੇ ਠੀਕ ਹੈ ਹੋਰ ਵੀ ਖੜੇ ਆ ਕੀ ਕਹਿਣਾ ਚਾਹੋਗੇ ਤੁਸੀਂ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਾਡੇ ਬੱਚੇ ਨਹੀਂ ਜਾ ਸਕਦੇ ਸਕੂਲ 'ਚ ਬਾਰਿਸ਼ ਆਏਗੀ 3-4 ਦਿਨ ਸਾਡੇ ਬੱਚੇ ਨਹੀਂ ਨਿਕਲ ਸਕਦੇ ਬਾਹਰ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਉਧਰ ਬੱਚਿਆਂ ਦੇ ਟੈਸਟ ਹੁੰਦੇ ਆ ਇੱਧਰ ਬਾਰਿਸ਼ਾਂ ਪੈ ਜਾਂਦੀਆਂ ਜਾ ਨਹੀਂ ਸਕਦੇ ਹੈਗੇ ਸਾਨੂੰ ਮਤਲਬ ਬਹੁਤ ਦਿੱਕਤ ਹੈ ਵੀ ਜਲਦ ਤੋਂ ਜਲਦ ਅਸੀਂ ਇਹੀ ਕਹਿੰਦੇ ਹਾਂ ਕਿ ਸਾਡੀ ਸੜਕਾਂ ਬਣ ਜਾਣ ਠੀਕ ਹੈ ਤੁਸੀਂ ਦੇਖੋ ਲਗਾਤਾਰ ਭਾਈ ਸਾਹਿਬ ਖੜੇ ਭਾਈ ਸਾਹਿਬ ਕਿੰਨੀ ਕੁ ਪ੍ਰੋਬਲਮ ਹੈਗੀ ਬਹੁਤ ਪ੍ਰੋਬਲਮ ਹੈ ਜੀ ਕਈ ਸਾਲਾਂ ਤੋਂ ਹੀ ਅਸੀਂ ਇੱਥੇ ਬੈਠੇ ਹਾਂ
ਕਈ ਸਾਲਾਂ ਤੋਂ ਹੀ ਬੈਠੇ ਹਾਂ ਅਸੀਂ ਤੇ ਇੰਨਾ ਮਤਲਬ ਪਾਣੀ ਭਰ ਜਾਂਦਾ ਹੈ ਇੱਥੇ ਗਲੀਆਂ ਦਾ, ਇੰਨਾ ਬੁਰਾ ਹਾਲ ਹੈ ਬਹੁਤ ਹੀ ਜ਼ਿਆਦਾ, ਦੱਸ ਨਹੀਂ ਸਕਦੇ ਜੀ ਕਹਿਣ ਦਾ ਮਤਲਬ। ਨਹੀਂ ਨਾਲੇ ਕਹਿੰਦੇ ਵੀ ਉਰੇ ਕੰਮ ਕੁੰਮ ਚੱਲ ਰਹੇ, ਪਿਛਲੇ ਵਾਰਡ ਦੇ ਵਿੱਚ ਉਦਘਾਟਨ ਹੋਇਆ, ਤੁਹਾਡੇ ਵਾਰਡ ਦੇ ਵਿੱਚ ਕੰਮ ਕੁੰਮ ਲੱਗੇ ਹੋਏ ਆ ਕਿ ਨਹੀਂ ਲੱਗੇ ਹੋਏ? ਨਹੀਂ ਹਲੇ ਕੁਛ ਨਹੀਂ ਹੋਇਆ ਜੀ, ਹਲੇ ਕੁਛ ਨਹੀਂ ਹੋਇਆ, ਹਲੇ ਕੁਛ ਨਹੀਂ ਹੋਇਆ, ਉਦਾਂ ਦਾ ਉਦਾਂ ਹੀ ਪਿਆ। ਹਾਂ ਹਾਂ ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹ ਇੱਕ ਨੰਬਰ ਲਾ ਕੇ 6 ਨੰਬਰ ਗਲੀ ਦਾ ਕੁਛ ਨਹੀਂ ਹੋਇਆ। ਅੱਛਾ ਜੀ, ਤੇ ਇੱਥੇ ਕੁਝ ਹੋਣਾ ਚਾਹੀਦਾ ਆਪਾਂ ਨੂੰ। ਕੀ ਮੰਗ ਕਰਦੇ ਹੋ ਮੈਡਮ ਤੋਂ? ਮੈਡਮ ਤੋਂ ਇਹ ਮੰਗ ਕਰਦੇ ਆ ਤੇ ਅਸੀਂ ਸੜਕਾਂ ਚਾਹੀਦੀਆਂ ਸਾਨੂੰ, ਬਸ ਸੜਕਾਂ ਸੜਕਾਂ ਚਾਹੀਦੀਆਂ। ਬਾਕੀ ਕੰਮ ਸੀਵਰੇਜ ਇਹ ਤਾਂ ਪੁਰਾਣੀ ਸਰਕਾਰ ਕਰਵਾ ਗਈ ਸੀ, ਆਪਣਾ ਮਦਨ ਲਾਲ ਨੇ। ਮਦਨ ਲਾਲ ਜੀ ਨੇ ਕਰਾਇਆ ਸੀਗਾ ਇਹ ਕੰਮ, ਕਾਂਗਰਸ ਪਾਰਟੀ ਨੇ ਇਹ। ਉਸ ਤੋਂ ਬਾਅਦ ਫਿਰ ਅੱਜ ਇਹ ਸੜਕਾਂ ਦੇ ਵਾਸਤੇ ਵੀ ਕੁਛ ਸੋਚ ਰਿਹਾ ਵੀ ਅਸੀਂ ਬਣਾਵਾਈਏ ਜਾਂ ਨਾ ਬਣਾਈਏ ਇੱਥੇ। ਹੋਰ ਕੀ ਪ੍ਰੋਬਲਮ ਹੈ ਜੀ? ਬਹੁ ਜੀ ਇਹ ਕਹਿੰਦੇ 1 ਨੰਬਰ ਗਲੀ ਆ 7 ਨੰਬਰ ਗਲੀ ਬਣੇਗੀ, ਤਾਂ ਮੈਂ 7 ਨੰਬਰ ਗਲੀ ਰਹਿਣ ਵਾਲਾ ਬੰਦਾ, 6 ਨੰਬਰ ਹੀ ਪੈਂਦੀ ਮੈਨੂੰ, ਤਾਂ ਮੈਨੂੰ ਪ੍ਰੋਬਲਮ ਇਹ ਸਾਰੀ ਗਲੀਆਂ ਬਣਨੀ ਚਾਹੀਦੀ ਜੀ। ਬਹੁਤ ਜੀ, ਜਿਹੜੇ ਹੋਰ ਰਹਿ ਰਹੇ ਕੋਈ ਇਨਸਾਨ ਨਹੀਂ ਹੈਗਾ, ਜਾਨਵਰ ਹੈਗਾ ਉਹ, ਜਿਹੜੇ ਰਹਿ ਰਹੇ ਉਹ ਜਾਨਵਰ ਦੱਸੋ, ਜੇ ਤੁਸੀਂ ਕੋਈ ਹੋਰ ਜਾਨਵਰ ਦਾ ਚੁੱਪ ਕਰਕੇ ਬੈਠ ਜਾਓ, ਅਸੀਂ ਇਹਦਾ ਬਣਾਉਂਦੇ ਕੋਈ ਨਾ ਬਣਾਉਂਦੇ, ਸਾਰੇ ਚੁੱਪ ਰਹਿੰਦੇ। ਵੋਟਾਂ ਦਿਆਂਗੇ, ਵੋਟਾਂ ਦਿਆਂਗੇ, ਤਾਂ ਹੀ ਦਿਆਂਗੇ ਨਾ ਵੋਟਾਂ, ਵੋਟਾਂ ਤਾਂ ਬਹੁਤ ਤਾਂ ਹੀ ਦਿਆਂਗੇ, ਕੰਮ ਹੋਏਗਾ, ਕੰਮ ਤਾਂ ਸਾਡਾ ਰੁਕਿਆ ਪਿਆ, ਅਸੀਂ ਤਾਂ ਵੋਟਾਂ ਕਿਵੇਂ ਦਿਆਂਗੇ? ਵੋਟਾਂ ਦਿਆਂਗੇ ਨਹੀਂ ਅਸੀਂ, ਫਿਰ ਅੱਧਾ ਰੋਲਿਆ ਵਿਆ, ਇੱਕ ਨੰਬਰ ਗਲੀ ਬਣੇਗੀ, 6-7 ਨੰਬਰ ਬਣੇਗੀ, ਬਾਕੀ ਜਾਨਵਰ ਇੱਥੇ ਰਹਿ ਰਹੇ ਜਿਹੜੇ। ਠੀਕ ਹੈ ਜੀ, ਵੀ ਜੀ ਗੱਲ ਇਸ ਤਰ੍ਹਾਂ ਹੈ, ਦੇਖੋ ਮੇਰੀ ਗੱਲ ਸੁਣੋ, ਮੰਮੀ ਮੇਰੇ ਸੀਗੇ ਪਹਿਲੇ, ਦੇਖੋ ਮੰਮੀ ਇਸ ਕੱਲੇ ਪ੍ਰਧਾਨ ਸੀਗੇ, ਠੀਕ ਹੈ, ਕਲੋਨੀ ਦੇ, ਠੀਕ ਹੈ, ਅਸੀਂ ਸਾਰਾ ਮਿਲ ਕੇ ਸੁਧਾਰ ਕਰਾਂ ਕਲੋਨੀ ਦਾ। ਹੁਣ ਮੈਡਮ ਜੀ ਨੇ ਆਏ ਨੇ, ਹੁਣ ਸਾਨੂੰ ਦੇਖੋ ਇੱਕ ਸੜਕ ਬਣ ਰਹੀ ਹੈ, ਬਾਕੀ ਜਿਹੜੀ ਸੜਕਾਂ ਉਹ ਪਾਗਲ ਥੋੜੀ ਨਾ, ਜਾਂ ਤਾਂ ਇੱਕ ਸੜਕ ਵੱਟ ਕੇ ਵੋਟਾਂ ਲੈ ਲਓ, ਇੱਕ ਬਾਈ ਸੜਕ ਛੋੜ ਦਿਓ ਫਿਰ। ਅੱਛਾ, ਇੰਨੀ ਪ੍ਰੋਬਲਮ ਹੈ? ਹਾਂ ਵੀਰ ਜੀ, ਮੈਂ ਕਹਿੰਦਾ ਗੱਡੀ ਸਾਡੀ 2 ਵਜੇ ਜਾਂਦੀ ਹੈ, ਸਾਡੀ ਰਾਤ ਨੂੰ ਹਾਲੇ ਲਾਈਟਾਂ ਨਹੀਂ ਆਉਂਦੀ ਉਰੇ, ਰਾਤ ਨੂੰ ਇਹ ਗਲੀ ਪੂਰੀ ਨਾ, ਜਿੱਦਾਂ ਰਾਤ ਨੂੰ ਉਹ ਲੇਡੀ ਚਲੀ ਜਾਵਾਂ ਗਲੀ ਚੋ, ਇਸ ਬੜੀ ਮੁਸ਼ਕਿਲ ਹੈ ਬਿਲਕੁਲ। ਮੈਡਮ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਾਡਾ ਵੱਧ ਤੋਂ ਵੱਧ ਕੰਮ ਕਰਾਓ, ਗਲੀਆਂ ਸਾਡੀਆਂ ਬਣ ਜਾਂ, ਸੀਵਰੇਜ ਵੀ ਜਿਵੇਂ ਮਰਜ਼ੀ ਅਸੀਂ ਚਾਲੂ ਕਰਕੇ ਇਹ ਕੰਮ ਕਰਾਓ। ਰਾਤ ਨੂੰ ਤੁਸੀਂ ਇੱਕ ਵਾਰੀ ਗੇੜਾ ਮਾਰ ਕੇ ਦੇਖੋ ਇੱਥੇ, ਪੇਪਰ ਲੱਗ ਜਾਏਗਾ। ਇਸ ਕਲੋਨੀ ਦੇ ਵਿੱਚ ਕੋਈ ਰਿਸ਼ਤੇਦਾਰ ਆ ਕੇ ਕੁਛ ਨਹੀਂ ਸਾਡੇ ਜੀ। ਇੰਨਾ ਬੁਰਾ ਹਾਲ ਹੈ। ਸੋ ਇੱਕ ਬੱਚਾ ਸਪੈਸ਼ਲ ਕਹਿ ਰਿਹਾ ਕਿ ਮੈਂ ਕੁਛ ਕਹਿਣਾ ਚਾਹੁੰਦਾ ਮੈਡਮ ਨੂੰ, ਕੀ ਕਹਿਣਾ ਚਾਹੋਗੇ ਬੱਚੇ? ਹਾਂਜੀ, ਜਬ ਵੀ ਬਾਰਿਸ਼ ਹੋਤੀ ਹਮ ਸਕੂਲ ਨਹੀਂ ਜਾ ਪਾਤੇ, ਮੈਮ ਬੋਲਤੇ ਕਿਉਂ ਨਹੀਂ ਆਏ, ਜਿਸ ਚ ਕੰਡੀਸ਼ਨ ਬਤਾਤੇ, ਮੈਮ ਕਹਤੇ ਇਤਨਾ ਕਿਆ ਹੋ ਗਿਆ, ਤੁਮ ਸਕੂਲ ਨਹੀਂ ਆ ਸਕਤੇ, ਜਬਕਿ ਮੈਂ 3 ਵਾਰ ਗਿਰ ਵੀ ਚੱਕੀ ਹੂੰ ਬਾਰਿਸ਼ ਮੇ, ਫਿਰ ਹਮ ਡਰੈਸ ਬਦਲ ਕੇ ਜਾਤੇ ਹੈ, ਫਿਰ ਮੈਮ ਕਹਤੇ ਡਰੈਸ ਯੂਨੀਫਾਰਮ ਮੇ ਕਿਉਂ ਨਹੀਂ ਆਏ, ਜਬ ਹਮ ਮੈਮ ਕੋ ਕੰਡੀਸ਼ਨ ਬਤਾਤੇ ਹੈ, ਮੈਮ ਹਮਾਰੀ ਮਾਨਤੇ ਨਹੀਂ, ਕਿਰਪਾ ਕਰ ਹਮਾਰੀ ਸਾਂਗੀ ਸੜਕੇ ਬਣਾਈ ਜਾਏ। ਸੋ ਤੁਸੀਂ ਲਗਾਤਾਰ ਵਾਰਡ ਨੰਬਰ 15 ਦੇ ਲੋਕਾਂ ਦੀ, ਅਫਸਰ ਕਲੋਨੀ ਦੇ ਲੋਕਾਂ ਦੀ ਗੱਲ ਸੁਣ ਰਹੇ ਹੋ, ਮੈਂ ਤੁਹਾਨੂੰ ਦਿਖਾਵਾਂ ਸੜਕ, ਦੇਖੋ ਇਹਨਾਂ ਸਾਹਮਣੇ ਹੀ ਆਪਾਂ ਫਿਰ ਗੱਲ ਕਰਨੀ ਸ਼ੁਰੂ ਕਰਦੇ ਹਾਂ ਲੋਕਾਂ ਨਾਲ। ਇਹ ਦੇਖੋ ਵਾਰਡ ਨੰਬਰ, ਇਹ ਹਜੇ ਐਂਟਰੀ ਹੈ, ਇਹ ਐਂਟਰੀ ਇਹੋ ਜਿਹੀ ਹੋਏਗੀ ਤਾਂ ਇਹਨਾਂ ਦੇ ਘਰ ਰਿਸ਼ਤੇਦਾਰ ਕੌਣ ਆਣਗੇ? ਤਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਅਸੀਂ ਗੱਲ ਕਰ ਰਹੇ ਹਾਂ, ਭਾਈ ਸਾਹਿਬ ਕੀ ਕੁਛ ਕਹਿਣਾ ਚਾਹੁੰਦੇ? ਹਾਂਜੀ, ਮੈਂ ਭਾਅ ਜੀ ਇੱਕ ਗੱਲ ਕਰਨਾ, ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਅਸੀਂ ਖੁਦ ਗੱਡੀ ਚਲਾਉਣ ਵਾਲੇ ਹਾਂ, ਠੀਕ ਹੈ ਜੀ, ਅਸੀਂ ਰੋਜ਼ ਰੋਜ਼ ਗੱਡੀਆਂ ਦੇ ਉੱਤੇ ਪੈਸਾ ਨਹੀਂ ਲਾ ਸਕਦੇ, ਅਸੀਂ ਇਹੀ ਗੱਲ ਨਹੀਂ ਨਾ ਮਿੱਤਲ ਕੇ ਹੱਥ ਜੋੜ ਕੇ ਗੁਜ਼ਾਰਿਸ਼ ਕਰਦੇ ਹਾਂ ਕਿ ਸਾਡੀਆਂ ਸੜਕਾਂ ਬਣਾਈਆਂ ਜਾਂ, ਰੋਜ਼ ਦਿਹਾੜੀ ਕਦੇ ਪਟੇ ਟੁੱਟ ਰਹੇ ਆ ਗੱਡੀ ਦੇ, ਕਦੇ ਸਾਡੀ ਗੱਡੀ ਫਸ ਰਹੀ ਹੈ, ਕਦੇ ਉਰੇ JCB ਮਸ਼ੀਨ ਬੁਲਾ ਰਹੇ ਹਾਂ, ਕਦੇ ਟਰੈਕਟਰ ਬੁਲਾ ਰਹੇ ਹਾਂ, ਅਸੀਂ ਰੋਜ਼ ਰੋਜ਼ ਖੱਜਲ ਖੁਆਰੀ ਨਹੀਂ ਕਰ ਸਕਦੇ, ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਨੀਨਾ ਮਿੱਤਲ ਨੂੰ, ਜਿਵੇਂ ਪਿੱਛੇ ਸੜਕਾਂ ਬਣਾਈਆਂ ਗੁਰਦੁਆਰੇ ਦੇ ਕੋਲ, ਸਾਡੀ ਵੀ ਇਹ ਬਣਾਈ ਜਾਵੇ। ਸੋ ਲਗਾਤਾਰ ਵਾਰਡ ਨੰਬਰ 15 ਦੀ ਤੁਹਾਨੂੰ ਖਬਰ ਦਿਖਾ ਰਹੇ ਹਾਂ, ਅਤੇ ਕੀ ਹਾਲ ਹੈ ਤੁਸੀਂ ਆਪ ਫੈਸਲਾ ਕਰਨਾ, ਕਮੈਂਟ ਕਰਨਾ, ਸ਼ੇਅਰ ਜ਼ਰੂਰ ਕਰਨਾ, ਲੇਕਿਨ ਇਹ ਵਾਰਡ ਵਾਲੇ ਇਹ ਜ਼ਰੂਰ ਆਸ਼ਵਾਸਨ ਦੇ ਰਹੇ ਹੈ ਕਿ ਜਦ ਮੈਡਮ ਉਰੇ ਪ੍ਰੋਗਰਾਮ ਕਰਨ ਆਉਣਗੇ ਤਾਂ ਸਾਰਾ ਪ੍ਰੋਗਰਾਮ ਦਾ ਜ਼ਿੰਮਾ ਜਿਹੜਾ ਹੈ ਇਨ ਲੋਕਾਂ ਦੇ ਸਿਰ ਹੋਏਗਾ। ਜੀ ਤੁਸੀਂ ਕਰੋਗੇ ਮੈਡਮ ਆਣਗੇ ਪ੍ਰੋਗਰਾਮ। ਸੋ ਲਗਾਤਾਰ ਤੁਸੀਂ ਨਿਊਜ਼ 18 ਨੇ ਪੰਜਾਬ ਦੇ ਨਾਲ ਬਣੇ ਰਹੋ ਖਬਰਾਂ ਦੇ ਨਾਲ, ਅਤੇ ਮੈਂ ਫਿਰ ਮਿਲਾਂਗਾ ਤੁਹਾਨੂੰ ਨਵੀਂ ਖਬਰ ਦੇ ਨਾਲ। ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ, ਨਿਊਜ਼ 18 ਇਨ ਪੰਜਾਬ। News 89 Punjab।
ਹਰ ਖਬਰ ਜਿਸ ਦਾ ਹੋਵੇ ਅਸਰ।